ਤਸਵੀਰਾਂ 'ਚ ਨਜ਼ਰ ਆ ਰਹੀ ਇਹ ਸੜਕ, ਜਿਸਦੀ ਬਜਰੀ ਵੀ ਸੜਕ ਤੋਂ ਬਾਹਰ ਨਿਕਲ ਗਈ ਹੈ। ਇਹ ਸੜਕ ਅਜੇ 15 ਦਿਨ ਪਹਿਲਾਂ ਹੀ ਬਣੀ ਹੈ, ਜਿਸਦੀ ਹਾਲਤ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਇਹ 15 ਦਿਨ ਦੇ ਅੰਦਰ ਹੀ ਬੁਰੀ ਤਰ੍ਹਾਂ ਭੁਰਨੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ 7ਵੇਂ ਆਸਮਾਨ ਤੇ ਚੜ੍ਹ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸੜਕ ਬਣਾਉਣ ਲਈ ਸਿਰਫ ਪ੍ਰਸ਼ਾਸਨ ਦੇ ਵੱਲੋਂ ਬਜਰੀ ਦਾ ਛਿੱਟਾ ਹੀ ਦਿੱਤਾ ਗਿਆ। ਘਟੀਆ ਮਟੀਰੀਅਲ ਦੇ ਕਾਰਨ ਇਸ ਸੜਕ ਦਾ ਬੁਰਾ ਹਾਲ ਹੋਇਆ। ਜਾਣਕਾਰੀ ਮੁਤਾਬਿਕ ਇਹ ਸੜਕ ਬਣੀ ਹੈ ਗਿੱਦੜਬਾਹਾ 'ਚ, ਜਿੱਥੇ ਇਹ ਸੜਕ ਪਿੰਡ ਗੁਰੂਸਰ ਤੋਂ ਪਿੰਡ ਬਾਦੀਆਂ ਤੱਕ ਬਣੀ ਹੈ ਅਤੇ ਸੜਕ ਦੇ ਹਾਲਾਤ ਇਸ ਕਦਰ ਖਰਾਬ ਨੇ ਕਿ ਸਥਾਨਕ ਲੋਕਾਂ ਦਾ ਗੁੱਸਾ 7ਵੇਂ ਆਸਮਾਨ ਤੇ ਪਹੁੰਚਿਆ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸੜਕ ਮਹਿਜ 15 ਦਿਨ ਪਹਿਲਾਂ ਹੀ ਬਣੀ ਹੈ, ਜਦਕਿ ਇਸ ਦੇ ਵਿੱਚ ਘਟੀਆ ਮਟੀਰੀਅਲ ਲੱਗਾ ਹੋਣ ਕਾਰਨ ਸੜਕ ਦੀ ਹਾਲਤ ਮੰਦੀ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਪੂਰਾ ਮਟੀਰੀਅਲ ਨਹੀਂ ਪਾਇਆ ਗਿਆ, ਜਿਸ ਕਰਕੇ ਇਹ ਸੜਕ ਕਈ ਥਾਵਾਂ ਤੋਂ ਭੁਰਨੀ ਸ਼ੁਰੂ ਹੋ ਗਈ ਹੈ ਅਤੇ ਇਸ ਤੇ ਪਈ ਹੋਈ ਬਜਰੀ ਇਸ ਤਰ੍ਹਾਂ ਲੱਗਦੀ ਹੈ ਕਿ ਬਜਰੀ ਦਾ ਸਹੀ ਇਸਤੇਮਾਲ ਨਹੀਂ ਕੀਤਾ ਗਿਆ, ਸਗੋਂ ਉਸ ਦਾ ਛਿੱਟਾ ਹੀ ਦਿੱਤਾ ਗਿਆ ਅਤੇ ਇਹ ਸੜਕ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਟੁੱਟ ਜਾਵੇਗੀ। ਉਹਨਾਂ ਨੇ ਕਿਹਾ ਕਿ ਕਿਨਾਰਿਆਂ ਤੇ ਮਿੱਟੀ ਨਹੀਂ ਪਾਈ ਗਈ, ਜਿਸ ਕਰਕੇ ਇਸ ਦੀ ਹਾਲਤ ਕਿਨਾਰਿਆਂ ਤੋਂ ਵੀ ਮਾੜੀ ਹੋ ਗਈ ਹੈ। ਪਿੰਡ ਵਾਸੀਆਂ ਨੇ ਇਲਜ਼ਾਮ ਲਗਾਇਆ ਕਿ ਸੜਕ ਦਾ 1 ਕਿਲੋਮੀਟਰ ਦਾ ਟੁਕੜਾ ਰਾਤ ਸਮੇਂ ਹੀ ਬਣਾ ਦਿੱਤਾ, ਜਿਸ ਕਰਕੇ ਇਸ ਤੇ ਪਾਈ ਗਈ ਬਜਰੀ ਸੜਕ ਤੋਂ ਨਿਕਲ ਕੇ ਕਿਨਾਰਿਆਂ ਤੇ ਆ ਗਈ। ਉਹਨਾਂ ਨੇ ਕਿਹਾ ਕਿ ਇਸ ਬਾਬਤ ਅਸੀਂ ਠੇਕੇਦਾਰ ਤੇ ਵਿਭਾਗ ਨਾਲ ਗੱਲ ਕੀਤੀ ਪਰ ਉਹ ਗੱਲ ਨਹੀਂ ਸੁਣਦੇ। ਇਸ ਸੜਕ ਤੇ ਲੋਕ ਕਈ ਹਾਦਸਿਆਂ ਦਾ ਸ਼ਿਕਾਰ ਵੀ ਹੋ ਗਏ ਨੇ, ਕਿਉਂਕਿ ਸੜਕ ਤੇ ਬਜਰੀ ਇਸ ਕਦਰ ਨਿਕਲ ਕੇ ਬਾਹਰ ਆਈ ਹੋਈ ਹੈ ਕਿ ਦੋ ਪਹੀਆ ਵਾਹਨ ਸਲਿੱਪ ਕਰ ਜਾਂਦੇ ਨੇ, ਜਿਸ ਕਾਰਨ ਲੋਕਾਂ ਨੂੰ ਗੁੱਝੀਆਂ ਸੱਟਾਂ ਵੀ ਲੱਗੀਆਂ ਨੇ। ਹਾਂਜੀ, ਆਹ ਵੇਖ ਲਓ, ਗੁਰੂ ਸਾਹਿਬ ਤੋਂ ਜਿਹੜੀ ਬਾਦੀਆਂ ਨੂੰ ਸੜਕ ਜਾਂਦੀ ਹੈ, ਇਹਦਾ ਹਾਲ ਵੇਖ ਲਓ। ਅਸੀਂ ਚਾਹੁੰਦੇ ਹਾਂ ਵੀ ਨਾ ਇੱਥੇ ਕੋਈ SDO ਆਇਆ, ਨਾ JE ਆਇਆ, ਠੇਕੇਦਾਰ ਨਾ ਕੇ ਲੈਂਦੇ ਆ ਬਣਾ ਕੇ ਐਵੇਂ ਉੱਤੇ ਜਾ ਵਾ ਕਰਕੇ ਉੱਠ ਗਿਆ ਤੇ ਅੱਜ ਦਾ ਘੱਗਰ ਸੈਨ ਹੈ, ਇਹ ਸਾਰਾ ਬਾਹਰ ਨਿਕਲ ਗਿਆ, ਉੱਤੋਂ ਤਿਲਕਣ ਵਾਲਾ ਬਣ ਗਿਆ ਨਾ, ਤਿਲਕਣ ਵਾਲਾ ਕੰਨੀਆਂ ਤੇ ਜਾਂਦਾ ਘੱਗਰ ਸੈਨ ਟਾਇਰਾਂ ਨਾਲ ਤੇ ਅਸੀਂ ਤਾਂ ਇਹ ਚਾਹੁੰਦੇ ਵੀ ਇਹਦਾ DC ਤੱਕ ਇਹਦਾ ਇਹ ਵੀਡੀਓ ਜਾਵੇ, ਪਤਾ ਲੱਗੇ, DC ਸਾਹਿਬ ਆਪ ਇਨਕੁਆਇਰੀ ਕਰਨ ਆ ਕੇ ਤੇ ਇਹਦੇ ਦੁਆਰਾ ਪਾਉਣ ਦੇ ਸਾਰੇ ਤੇ ਥੱਲੇ ਪੱਥਰ ਤਾਂ ਨਿਕਲ ਗਿਆ ਸਾਰਾ। ਆਹ ਦੇਖੋ ਇੱਧਰ, ਆਹ ਦੇਖੋ, ਆਹ ਦੇਖੀ, ਆਹ ਘੱਗਰ ਸੈਨ ਤਾਂ ਸਾਰਾ ਉੱਤੋਂ ਨਿਕਲ ਗਿਆ, ਆਹ ਥੱਲੇ ਥੱਲੇ ਨਿਕਲਿਆ ਪੱਥਰ ਜਿਹੜਾ ਮੋਟੀ ਰੋੜੀ ਵਾਲਾ, ਮੋਟੀ ਬੱਜਰੀ ਨਿਕਲਿਆ ਇਕੱਲੀ। ਹਾਂ ਹਾਂ ਹਾਂ, ਆਹ ਸਾਰਾ ਆਹ ਆਹ ਇਕੱਠਾ ਕਰਕੇ ਘੜੇ ਲੈ ਚੱਕ ਕੇ ਚੂਰਨ ਬਣ ਗਿਆ, ਚੂਰਨ ਬਣ ਗਿਆ ਸਾਰਾ। ਤੇ ਨਾਲੇ ਕਹਿੰਦੇ ਵੀ ਜਿਹੜੇ ਅਫਸਰ ਵਗੈਰਾ ਤਾਂ ਪਿੰਡਾਂ ਪੁੰਡਾਂ ਚ ਰਹਿਣ ਲੱਗ ਗਏ ਆਉਂਦੇ ਆ ਸਰਕਾਰ ਬਦਲੀ ਕਰਕੇ। ਅਫਸਰ ਨੂੰ SDO ਨੂੰ 2 ਫੋਨ ਕੀਤੇ, VP ਸਿੰਘ ਨੂੰ, ਕੋਈ ਹੁਣ ਇਹਦੇ ਤੇ ਕਾਰਵਾਈ ਨਹੀਂ ਕੀਤੀ, ਕੋਈ ਸੁਣਾਈ ਨਹੀਂ ਗਈ, ਨਾ ਕੋਈ ਸੁਣਾਈ। ਕੀ ਮੰਗ ਕੀ ਹੈ ਜੀ ਤੁਹਾਡੀ? ਮੰਗ ਸਾਡੀ ਇਹ ਵੀ ਇਹਦੇ ਤੇ ਦੁਆਰਾ ਨਾ ਕੇ ਲੈਂਦੇ ਆ ਸਾਰੇ ਤੇ ਜਿਹੜਾ ਘੱਗਰ ਸੈਨ ਦੁਆਰਾ ਪੂਰੀ ਲੁੱਕ ਪਾ ਕੇ ਦੁਆਰਾ ਵਧੀਆ ਬਣਾਇਆ ਜਾਵੇ ਤੇ ਸਾਈਡਾਂ ਤੇ ਵੀ ਮਿੱਟੀ ਮੁੱਟੀ ਹੈ ਨਹੀਂ, ਨਾ ਸਾਈਡਾਂ ਤੇ ਬਰਮ। ਇੱਥੋਂ ਤੁਸੀਂ ਦਾਣਾ ਮੰਡੀ ਜਾਓ, ਦਾਣਾ ਮੰਡੀ ਕੋਲੇ 3 ਫੁੱਟ 2 ਫੁੱਟ ਸੜਕ ਉੱਚੀ ਹੈ, ਉੱਥੋਂ ਟਰੱਕਾਂ ਨੇ ਵੀ ਉਤਰਨਾ, ਟਰਾਲੀਆਂ ਨੇ ਵੀ ਉਤਰਨਾ, ਚੜ੍ਹਨਾ ਵੀ ਹੈ, ਲੋਡ ਹੋ ਕੇ ਵੀ ਜਾਣੇ, ਉਹ ਸਾਰੀ ਪੱਟੀ ਜਾਣੀ ਜਦੋਂ ਉਹਦੇ ਨਾਲ ਮਿੱਟੀ ਹੈ ਨਹੀਂ ਜੀ। ਦਾਣਾ ਮੰਡੀ 'ਚ 3 ਕਿਲੋਮੀਟਰ ਦਾ 3 ਕਿਲਿਆਂ ਦਾ ਮੱਥਾ ਹੈ ਤੇ ਉਹਦੇ ਨਾਲ ਜਮਾਂ ਪੂਰਾ ਵੀ ਮਿੱਟੀ ਨਹੀਂ ਗੀ ਤੇ ਉਹ ਜਦੋਂ ਟਰੱਕ ਉਤਰਨਗੇ ਜਾਂ ਟਰਾਲੀਆਂ ਭਰੀਆਂ ਚੜ੍ਹਨਗੀਆਂ ਤੇ ਸਾਰਾ ਟੁੱਟ ਜੂਗੀ ਉੱਥੋਂ, ਕਿਉਂਕਿ ਪੂਰਾ ਵੀ ਬਰਮ ਹੈ ਨਹੀਂ ਉੱਥੇ ਨਾਲ। ਮਨਿਆਦ ਕਿੰਨੀ ਕੁ ਲੱਗਦੀ ਜਿਵੇਂ ਇਸ ਤਰ੍ਹਾਂ ਦੀਆਂ ਸੜਕਾਂ ਬਣ ਜਾਣਗੀਆਂ? ਆਹ ਤਾਂ ਮਹੀਨੇ ਕੁ ਦੀ ਹੈ, ਮਹੀਨੇ 'ਚ ਜਾਊ ਕੰਮ, ਮਹੀਨੇ 'ਚ ਉੱਠ ਜੂ। ਅੱਛਾ, ਮਹੀਨੇ 'ਚ ਉੱਠ ਜੂ। ਇਹ ਇੱਕ ਹੋਰ ਤੁਹਾਨੂੰ ਦੱਸਾਂ, ਇਹ ਜਿਹੜੇ ਬੰਨ ਬੰਨ ਕੇ ਗਏ ਨਾ, ਇੱਕ ਟਰਾਲੀ ਮਿੱਟੀ ਦੀ ਲਿਆਏ, ਕਿਤੇ ਬੱਠਲ ਸੱਟ ਗਏ, ਕਿਤੇ 2 ਬੱਠਲ ਸੱਟ ਗਏ, ਬਰਮ ਇਹਨਾਂ ਨੇ ਐ ਬੰਨਿਆ। ਅੱਛਾ, ਬੱਠਲਾਂ ਨਾਲ? ਬੱਠਲਾਂ ਨਾਲ, ਕਿਤੇ ਟੱਕਿਆਂ, ਕਿਤੇ 1 ਟੱਕਾ ਸੱਟ ਗਿਆ, ਕਿਤੇ 2। ਗੁਰੂਸਰ ਤੋਂ ਵਾਦੀਆਂ ਤੱਕ 1 ਟਰਾਲੀ ਪਾ ਗਈ, 1 ਟਰਾਲੀ 'ਚ ਕੰਮ ਨਵੇੜ ਤੱਕ, 1 ਟਰਾਲੀ ਸਿਰਫ, 1 ਟਰਾਲੀ ਮਿੱਟੀ ਦੀ, ਉਹ ਵੀ ਕੱਕਾ ਰੇਤਾ। ਉਹ ਵੀ ਤੁਸੀਂ ਕਿਹਾ ਹੋਣਾ ਵੀ ਪਾਓ, ਫੇਰ ਹੀ ਪਾਈ ਹੋਣੀ ਹੈ। ਬਥੇਰਾ ਮਿੰਟਾਂ ਕੀਤੀਆਂ, ਦੇਖਿਆ ਲਾਓ ਇਹਦੇ ਨਾਲ, 15 ਦਿਨ ਰਹਿ ਗਏ ਝੋਨੇ ਆਉਣ 'ਚ,
ਤੇ ਸਾਰੀ ਟੁੱਟ ਜੂਗੀ ਇਹ। ਪਰ ਕਿਸੇ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਨਾ ਕਿ ਅਫਸਰ ਤਾਂ ਬਾਹਰ ਹੀ ਨਹੀਂ ਆਉਂਦੇ। ਆ ਸਾਡੀ ਮੰਗ ਬਈ ਪੱਤਰਕਾਰ ਸਾਹਿਬ, ਹੁਣ ਤੁਸੀਂ ਹੋਰ ਕਿਸੇ ਤੋਂ ਪੁੱਛ ਲਓ ਜੇ ਗਲਤ ਹੈ। ਇਹ ਸੜਕ ਬਣੀ ਨੂੰ ਸਿਰਫ 15 ਦਿਨ ਹੋਏ ਬਾਕੀ ਹੈ, ਇਹਦੀ ਕੁਆਲਿਟੀ ਬਹੁਤ ਮਾੜੀ ਹੈ, ਸਿਰਫ 20 mm ਦੇ ਪਾਈ ਹੈ। ਬਾਕੀ ਜਿਹੜਾ ਘੱਗਰ ਸੈਨ ਪਾਇਆ ਉਹ ਤੁਹਾਡੇ ਸਾਹਮਣੇ ਕਿ ਉਹ ਸਾਰਾ ਹੀ ਬਾਹਰ ਨਿਕਲ ਗਿਆ ਸਰ, ਕੋਈ ਨਾ ਤਾਂ ਕੋਈ ਲੈਵਲ ਹੈ ਨਾ ਹੀ ਉਹਦਾ ਕੋਈ ਵਾਲੀਵਾਰ ਸਾਹਿਬ, ਵੀ ਸਰਕਾਰ ਨੇ ਕੋਈ ਚੈੱਕ ਨਹੀਂ ਕੀਤੀ ਆ ਕੇ, ਜਾਂ ਇਸ ਤਹਿਸੀਲਦਾਰ ਜਾਂ ਚੈੱਕ ਕਰਦੇ ਡਿਪਾਰਟਮੈਂਟ, ਉਹਨਾਂ ਨੇ ਚੈੱਕ ਨਹੀਂ ਕੀਤੀ। ਇਸ ਕਰਕੇ ਅਸੀਂ ਸਰਕਾਰ ਤੋਂ ਕਰਦੇ ਹਾਂ ਕਿ ਉਹਨੂੰ ਦੁਬਾਰੇ ਬਣਾਇਆ ਜਾਵੇ। ਨਾਲੇ ਕਹਿੰਦੇ ਸਰਕਾਰ ਬੜਾ ਵਧੀਆ, ਭ੍ਰਿਸ਼ਟਾਚਾਰ ਤਾਂ ਹੁੰਦਾ ਹੀ ਨਹੀਂ ਸਰਕਾਰ ਚ ਬਈ, ਇਹ ਗੱਲਾਂ ਆਈਆਂ ਸਰ, ਇਹ ਤਾਂ ਗੱਲਾਂ ਹੀ ਆ, ਹੋਰ ਕੋਈ ਨਹੀਂ, ਕੋਈ ਚੈੱਕ ਕਰਨੀ ਨਹੀਂ ਹੈ, ਸਰਕਾਰ ਨਾਂ ਦੀ ਚੀਜ਼ ਹੀ ਨਹੀਂ ਮੈਨੂੰ ਐਂ ਲੱਗਦਾ ਕੋਈ, ਬਿਲਕੁਲ ਐਡੀ ਮਾੜੀ ਕੁਆਲਿਟੀ ਦੀ ਪਾਈ ਹੈ ਕਿ ਤੁਹਾਡੇ ਸਾਹਮਣੇ ਹੈ ਸਾਰਾ ਕੁਛ। ਤੇ ਪਹਿਲਾਂ ਵਾਲੀ ਕਹਿੰਦੇ ਪਹਿਲਾਂ ਹੀ ਸੜਕ ਚੰਗੀ ਸੀ, ਉਹ ਪਹਿਲਾਂ ਵਾਲੀ ਠੀਕ ਸੀ ਅਜੇ, ਉਹਨੇ ਤਾਂ 5 ਸਾਲ ਕੱਟਤੇ ਸੀ। ਤੇ ਬਦਲਾਅ ਚ ਸੜਕ ਕਿਵੇਂ ਫਿਰ? ਨਾ ਬਦਲਾਅ ਵਾਲੀ ਤਾਂ ਬੁਰਾ ਹਾਲ ਹੀ ਹੈ। ਅੱਛਾ, ਤੇ ਕੋਈ ਕਿਸੇ ਨੂੰ ਮਿਲੇ ਤੁਸੀਂ ਪਹਿਲਾਂ ਕਿਸੇ ਨੂੰ ਕਿਹਾ ਵੀ? SDO ਨੂੰ, SDO ਨਾਲ ਗੱਲ ਕੀਤੀ ਸੀ ਵੀ ਚੈੱਕ ਕਰਕੇ ਜਾਓ, ਚੈੱਕ ਆਉਂਦੇ ਹੀ ਨਹੀਂ ਬਾਹਰ ਏਸੀਆਂ ਚੋਂ, ਬਸ ਅਸੀਂ ਦੇਖਾਂਗੇ ਜੀ, ਕੋਈ ਚੈੱਕ ਕਰਨ ਨਹੀਂ ਆਏਗਾ। ਇਹ ਗੁਰੂਸਰ ਤੋਂ ਵਾਦੀਆਂ ਪਿੰਡ ਨੂੰ ਜਾਂਦੀ? ਹਾਂਜੀ ਹਾਂਜੀ, 3 ਕਿਲੋਮੀਟਰ ਦਾ ਇਹ ਰਨ ਹੈਗਾ ਸਾਰੇ। ਤੇ ਸਾਰੀ ਸੜਕ ਦਾ ਹਾਲ ਇਹ ਹੈ ਕਿ ਵਿੱਚ ਵਿੱਚ ਥੋੜੀ ਥੋੜੀ ਬਹੁਤ ਠੀਕ ਹੈ, ਬਾਕੀ ਸਾਰਾ ਹੀ ਇਹੋ ਜਿਹਾ ਹਾਲ ਹੀ ਹੈ। ਕੋਈ ਜਿਹੜੀ ਸੜਕ ਬਣੀ ਹੈ ਨਾ, ਤੇ ਆਹ ਚੀਜ਼ ਐਂ ਪੱਟੀ ਗਈ ਸਾਰੀ, ਮੈਨੂੰ ਲੱਗਦਾ ਐਕਸੀਡੈਂਟਾਂ ਦਾ ਕਾਰਨ ਵੀ ਬਣੂਗੀ। ਭੱਜਿਆਂ ਦੇ ਮੋਟਰਸਾਈਕਲ ਤਿਲਕ ਰਹੇ, ਇਹ ਦੁਕਾਨ ਜਾ ਕੇ 1.5 ਕਿਲੋਮੀਟਰ ਦੇ ਇੱਕ ਮੋੜ ਹੈ, ਮੋੜ ਦੇ ਉੱਤੇ ਸਾਰਾ ਐਂ ਪਈ ਹੈ ਬਜਰੀ, ਜਿਵੇਂ ਨਾ ਕਿਸੇ ਨੇ ਕਣਕ ਖਲਾਰੀ ਹੁੰਦੀ ਤੇ ਮੋਟਰਸਾਈਕਲ ਤਿਲਕ ਕੇ, ਇਹਦੇ ਪਹਿਲਾਂ 2 ਦਾ ਡਿੱਗ ਵੀ ਪਏ ਇੱਥੇ। ਨਵੀਂ ਸੜਕ ਦਾ ਹਾਲ ਹੀ ਹੋ ਗਿਆ? ਨਵੀਂ ਸੜਕ ਦਾ ਹਾਲ ਹੈ, ਤੇ ਮੈਨੂੰ ਲੱਗਦਾ ਜੇ ਆਹ ਕੰਡੀਸ਼ਨ ਰਹੀ, ਇਹ ਆ ਝੋਨਾ ਵਢਾਉਂਦੀ ਨੇ ਉਦੋਂ ਪਹਿਲਾਂ ਅੱਗੇ ਨਾ ਉਹ ਵੀ ਮਾੜੀ ਹੋ ਜੂਗੀ ਕਈ ਗੁਣਾ। ਪਹਿਲਾਂ ਸੜਕ ਤੇ 100 ਗੁਣਾ ਚੰਗੀ ਸੀ, ਇਸ ਢੰਗ ਨਾਲ ਜਿਹੜੀ ਇਹਨਾਂ ਨੇ ਇਹ ਬਣਾਈ ਹੈ, ਘੱਟੋ ਘੱਟ ਮੋਟਰਸਾਈਕਲ ਲੰਘੇ ਜਾਂਦੇ, ਤਿਲਕ ਦੇ ਤਾਂ ਨਹੀਂ ਸੀ, ਤਿਲਕ ਤਿਲਕ ਡਿੱਗਣਗੇ ਜੀ। 1 ਕਿਲੋਮੀਟਰ ਤਾਂ ਇੱਥੋਂ ਲੈ ਕੇ ਨਾ ਜਿੱਥੇ ਆਪਾਂ ਖੜੇ ਹਾਂ, ਗੁਰੂ ਸਾਹਿਬ ਨੇ ਬਣਾਈ ਰਾਤ ਨੂੰ ਹੈ, ਇਹਦਾ ਤਾਂ ਤੁਸੀਂ ਸਾਰੇ ਵੇਖੀ ਜਾਂਦੇ, ਬਾਕੀ ਡਲੇ ਥੱਲੇ ਦੇ ਸੀ ਜਾਂਦੇ, ਕੋਈ ਮਿੱਟੀ ਨਹੀਂ ਪਾਸੀ, ਸਾਰੀ ਤਿਆ ਪਿਆ, ਹੁਣ ਇਹਦਾ ਸਰਕਾਰੀ ਜ਼ਿੰਮੇਵਾਰ ਹੈ ਜਾਂ ਅਫਸਰ ਜ਼ਿੰਮੇਵਾਰ ਹੈ ਜਿਹੜੇ ਆਏ ਨੀ ਆਖਣ ਦੇ ਬਾਵਜੂਦ ਇੱਥੇ, ਇਹਦੇ ਪਲੀਜ਼ ਕਾਰਵਾਈ ਕਰਾਈ ਜਾਵੇ ਤੇ ਇਹਦੇ ਦੁਆਰੇ ਬਣਾਇਆ ਜਾਵੇ, ਤੇ ਨਹੀਂ ਸਾਨੂੰ ਧਰਨੇ ਪ੍ਰਦਰਸ਼ਨ ਤਾਂ ਵੀ ਹੋ ਸਕਦਾ ਜਾਣਾ ਪੈ ਜੀ। ਡਾਕਟਰ ਸਾਹਿਬ, ਇਹ ਆ ਵੀ ਮੈਂ ਤਾਂ ਜਦੋਂ ਵੀ ਸੜਕ ਤੇ ਜਾ ਕੇ ਆਇਆ ਸੜਕ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ, ਪਰ ਜਿਹੜੀ ਤੁਹਾਡੇ ਰਾਹੀਂ ਮੈਨੂੰ ਅੱਜ ਪਤਾ ਲੱਗਿਆ ਵੀ ਕੋਈ ਉਹਦੇ 'ਚ ਕੋਈ ਕਮੀ ਪੇਸ਼ੀ ਹੈਗੀ, ਮੋੜ ਮਾੜ 'ਤੇ ਕੋਈ ਸੀਲ ਕੋਟ ਉਖੜਿਆ ਜਾਂ ਕੁਛ ਵੀ ਹੈ, ਜੇ ਕੋਈ ਕਮੀ ਪੇਸ਼ੀ ਹੈ ਕੰਮ ਚੱਲ ਰਿਹਾ, ਹਜੇ ਕੰਮ ਉਹ ਬੰਦ ਨਹੀਂ ਕੀਤਾ ਗਾ, ਚੱਲੀ ਜਾਂਦਾ ਉਹਦੀ ਜੋ ਵੀ ਬਣਦੀ ਹੈ, ਜੇ ਕੋਈ ਕਾਰਵਾਈ ਜੇ ਕਿਤੇ ਕੋਈ ਰਿਪੇਅਰ ਕਰਨ ਵਾਲੀ ਹੈ ਤਾਂ ਉਹਨੂੰ ਠੀਕ ਕਰ ਦਿੱਤਾ ਜਾਊਗਾ, ਉਹਨੂੰ ਐਂ ਜਮਾਂ ਤਸੱਲੀ ਬਖਸ਼ ਕਰਕੇ ਫਿਰ ਹੀ ਉਹਨੂੰ ਪੇਮੈਂਟ ਕੀਤੀ ਜਾਊ ਠੀਕ।